ਇਹਦੇ ਬਾਰੇ ਤਾਂ ਦੱਸਦੇ ਇਕਬਾਲ ਕਹਿੰਦੇ ਹੱਡੀਆਂ ਉੱਡੀਆਂ ਡਾਕਟਰ ਬਾਣੇ ਪੱਕੇ ਕੱਢ ਕੇ ਫੰਗ ਜਾ ਸੜਕ ਨਹੀਂ ਕੱਢੀ ਜਾਣਾ ਬਈ ਇੱਥੇ ਇਹ ਆਉਂਦਾ ਬਈ ਜਿੱਦ ਜਿੱਦ ਖੇਡਿਆ ਜਾਵੇ ਵੀ ਹੈ ਗ੍ਰੀਨ ਵੁੱਡ ਢਾਬੇ ਤੋਂ ਸ਼ਾਹੀ ਪਨੀਰ ਨਾਲ ਦੀ ਰੋਟੀਆਂ ਭਾਈ ਬਾਠਾ ਵਾਲਿਓ ਤੇਰਾ ਨੰਬਰ ਗਰਾਊਂਡ ਦੇ ਵਿੱਚ ਪਹੁੰਚੋ ਵੀਰੇ ਇੱਧਰ ਨੰਬਰ ਲਾਸਟ ਹੈ ਬਾਠਾ ਦੀ ਟੀਮ ਪਹੁੰਚੇ ਗਰਾਊਂਡ ਨੰਬਰ 3 ਦੇ ਵਿੱਚ ਜਿਹੜੀ 2 ਨੰਬਰ ਗਰਾਊਂਡ ਦੇ ਵਿੱਚੋਂ ਜਿੱਤ ਗਈ ਖੇਡੋ ਨੰਦਗੜ੍ਹ ਦੇ ਨਾਲ ਔਰ ਬਈਏ ਵਾਲ ਸਣੀ ਤੇ ਖਨਾਲ ਚਾਲ ਦਾ ਮੈਚ ਖੇਡਿਆ ਜਾਣਾ ਤੇ ਜਿਹੜੀ 1 ਨੰਬਰ ਗਰਾਊਂਡ 'ਚ ਜਿੱਤ ਗਈ ਖੇਡੋ ਮੁਹੰਮਦਗੜ੍ਹ ਦੇ ਨਾਲ ਵਾਹ ਜੀ ਵਾਹ ਵਾਕਈ ਕਹਿੰਦੇ ਮੈਚ ਬੜੇ ਚੋਟੀ ਦੇ ਨਿਕਲੇ ਆ ਇਧਰਲੇ ਪਾਸੇ ਮਹਿਲ ਖੁਰਦ ਪਿੰਡ ਦੇ ਨਵਾਬ ਨੇ ਰਾਦੇ ਆਪਣੇ ਸਾਫ ਕਰ ਦਿੱਤੇ ਆ ਇੱਕ ਵੀ ਚਲਾ ਦੋ ਮੈਚ ਨਾਲ ਫੁਲਕੀ ਖੜਾ ਹੈ ਤੇ ਜੱਜ ਹੋਣੀ ਇਧਰਲੇ ਪਾਸੇ ਨਾਲ ਮੈਂ ਤੱਕ ਰਿਹਾ ਵੀ ਗੁਰਪਵਿੰਦਰ ਸਿੰਘ ਔਰ ਕਦੇ ਫੋਕੀ ਪੁੱਜਿਆ ਹੋਇਆ ਗੱਲਾਂ ਹੋਣ ਗਿਆ ਏ ਕੀ ਬਾਤ ਹੈ ਜੱਜ ਗਲਤੀ ਕਰ ਗਿਆ ਕਿੰਨੇ ਅੱਗੇ ਇੱਕ ਨੰਬਰ ਗਰਾਊਂਡ ਤੇ ਵੀ ਮੈਚ ਸ਼ੁਰੂ ਕਰੋ ਜੀ ਇੱਕ ਨੰਬਰ ਗਰਾਊਂਡ ਤੋਂ ਹੀ ਦਈਆ ਤੇ ਭਾਗੋ ਮਾਜਰਾ ਆਓ ਮੇਰਾ ਵੀਰ ਬਣ ਕੇ ਜਲਦੀ ਆ ਬਈਆ ਤੇ ਭਾਗੋ ਮਾਜਰਾ ਟੀਮਾਂ ਦੇ ਖਿਡਾਰੀ ਕਿਰਪਾ ਕਰਕੇ ਜਲਦੀ ਆ ਜਾਣ ਬਹੁਤ ਟੌਪ ਦਾ ਮੁਕਾਬਲਾ ਇਧਰਲੇ ਪਾਸੇ ਸ਼ੁਰੂ ਹੋ ਚੁੱਕਿਆ ਲੈ ਵੀ ਦੱਸੀ ਬਾਈ ਕਿੰਨੇ ਕਿੰਨੇ ਪੁਆਇੰਟ ਹੋ ਗਏ ਦੋਨੋਂ ਟੀਮਾਂ ਦੇ ਆ ਕੀ ਬਾਤ ਆ ਫੁਲਕੀ ਆ ਬਾਲਾ ਮਾਰੀ ਚੱਲ ਬਾਲਾ ਮਾਰੀ ਚੱਲ ਬੈਂਚ ਰੱਖ ਮਾੜਾ ਥਰਡ ਤੇ ਬਾਹਰ ਓਏ ਦੂਜੇ ਉਹ ਬੋਤਲ ਜੋ ਹੋ ਗਿਆ ਜੋਤ ਬਾਲੀਆਂ ਕੀ ਵਾਲਾ ਜੋਤ ਯਾਰਾ ਨੰਦਗੜ੍ਹ ਦਾ ਮੈਚ ਇਹਨਾਂ ਜੇਤੂ ਵਾਲਾ ਰੱਬੋਂ ਤੇ ਜਿਹੜੀ ਮਹਿਲ ਖੁਰਦ ਚੋਂ ਜਿੱਤੂ ਰੱਬੋਂ ਵਾਲਾ ਕੱਕ ਪਟਾਕੇ ਪਾਈ ਆਉਂਦਾ ਵੀਰੇ ਜਿਹੜੀ ਇਹਨਾਂ ਦੀ ਜਿੱਤੂ ਖੇਡੂ ਨੰਦਗੜ੍ਹ ਨਾਲ ਜੋਤ ਹੈ ਪਰ ਚਾਚਾ ਨਾਲ ਕੁਆਟਰ ਮੈਚ ਤੇ ਰੱਬੋ ਵਾਲਾ ਗੱਗ ਖੜ ਕੇ ਇਕੱਠੇ ਮੇਰੇ ਮਿੱਤਰੋ ਇੱਕ ਸਲਾਹ ਵੀ ਬਣਾ ਕੇ ਗਏ ਆ ਵੀ ਬਾਲਾ ਪੀ ਕੇ ਤੇ ਲਾਉਣੀਆਂ ਪੀ ਕੇ
ਤਕੜਾ ਹੋਣਾ ਉਹਨਾਂ ਦੀ ਅੱਖ ਤੇਰੇ ਤੇ ਲੱਗਦੀ ਮੈਨੂੰ ਕਮਾਲ ਦਾ ਮੈਚ ਖੇਡਿਆ ਜਾ ਰਿਹਾ ਸੋਹਣਿਆ ਨੰਬਰ ਤਾਂ ਦੱਸ ਕਿੰਨੇ ਕਿੰਨੇ ਹੋ ਗਏ ਖੱਬਾ ਕਿ ਜੁਲਫਾਂ ਵਾਲਿਆ ਨੰਬਰ ਦੱਸੀ ਕਿੰਨੇ ਆ ਚਾਰ ਤਨ ਚਾਰ ਤਿੰਨ ਆ ਵੀਰੇ ਠੀਕ ਹੈ ਭਾਈ ਜੀ ਆਓ ਜੀ ਤਿੰਨ ਨੰਬਰ ਗਰਾਊਂਡ ਦੇ ਵਿੱਚ ਬੱਠਾ ਲਿਓ ਆਓ ਮੇਰਾ ਬਾਈ ਜੀ ਬੋਲੋ ਜੀ ਆ ਗਏ ਜੀ ਗਰਾਊਂਡ ਵਧੀਆ ਵਧੀਆ ਤੇਜਿੰਦਰ ਮਹਿਲ ਫੋਰ ਆਸਟ੍ਰੇਲੀਆ ਕੀ ਹਾਲਾ ਤੇਜਿੰਦਰ ਲਵਾ ਦੀ ਹਾਜ਼ਰੀ ਭਾਈ ਜੀ ਸਟਾਰ ਭੇਜਿਆ ਨਾਲੇ ਕੀ ਬਾਤ ਹੈ ਉਹਨੇ ਪਾਸੇ ਤੇਜਿੰਦਰ ਆ ਮਹਿਲ ਖੁਰਦ ਵਾਲਾ ਵਸਤਾ ਵਿੱਚ ਆਸਟ੍ਰੇਲੀਆ ਦੇ ਉਹ ਤੇਜਿੰਦਰ ਲਾ ਦੇ $50 ਵੀਰੇ ਲਾਈ ਤੇ ਵੱਡੀ ਸਪੋਰਟ ਇਹਦੇ ਲਾਈ ਦੇ ਕੰਦੇ ਬ੍ਰਿੰਦਰ ਦੀ ਭੇਜੀ ਹੈ ਵੀਰ ਨੇ ਆ ਜਾ ਇਹਦੇ ਲਾ ਦੇ ਖੁਰਦ ਆਸਟ੍ਰੇਲੀਆ ਜਾਂ ਫੁਲਕੀ ਤੇ ਲਾ ਦੇ ਧੰਨਵਾਦ ਬਾਰੇ ਕਾਈ ਟੀਮ ਇਤਕੀ ਕਿਹਦੇ ਨਾਮ ਹੈ ਓਕੇ ਓਕੇ ਕਰਮਜੀਤ ਵੀਰੇ ਜੇ ਨਵਾਬ ਅੱਜ ਫਸਟ ਰਹੇ ਕਰਮਜੀਤ ਭੋਜਵਾਲੀ ਐਡਵੋਕੇਟ ਵੱਲੋਂ 2100 ਦਿੱਤਾ ਜਾਣਾ ਨਵਾਬ ਨੂੰ ਜੇ ਫਸਟ ਆਵੇ ਵਾਹੀ ਵਾਹ ਨਾਲ ਹੀ ਅੱਜ ਮੈਨ ਖੁਰਦ ਵਾਲਾ ਨਵਾਬ ਜੇ ਪਹਿਲੇ ਨੰਬਰ ਤੇ ਰਹਿੰਦਾ ਫਸਟ ਆਉਂਦੀ ਹੈ ਟੀਮ ਮੈਨ ਖੁਰਦ ਦੀ ਹੈ ਤੇ ਕਰਮਜੀਤ ਐਡਵੋਕੇਟ ਭਰਾ ਸਾਡਾ ਭੋਜਵਾਲੀ ਵਾਲਾ ਹੋਰ ਕਹਿੰਦਾ ਵੀ ਨਵਾਬ ਦਾ ਸਨਮਾਨ ਆਪਾਂ 2100 ਦੀ ਨਗਦ ਰਾਸ਼ੀ ਨਾਲ ਕਰਾਂਗੇ ਨੰਬਰ ਇੱਕ ਹੋਰ ਵੱਧ ਗਿਆ ਹਾਂਜੀ ਭਾਈ ਜੀ ਜਿਹੜਾ ਅੰਡਰ ਦੇ ਮੈਚ ਸੀਗੇ ਤੇ ਤੁਹਾਨੂੰ ਪਤਾ ਵੀਰੇ ਉਹ ਕਹਿੰਦੇ ਯਾਰ ਵੀ ਹੁਣ ਅਸੀਂ ਜਾਣਾ ਘਰਾਂ ਨੂੰ ਅੰਡਰ ਵਾਲੇ ਮੁੰਡੇ ਕਹਿੰਦੇ ਵੀ ਵੀਰੇ ਓਕੇ ਜੀ ਓਕੇ ਉਹਨਾਂ ਨੇ ਦੋਨੋਂ ਟੀਮਾਂ ਦਾ ਆਪਸ ਵਿੱਚ ਕੰਪਰੋਮਾਈਜ਼ ਹੈ ਬਾਈ ਜੱਸਾ ਦੂਰ ਕਰ ਗਿਆ ਵੀਰੇ ਟੀਮ ਪਿੰਡ ਦੀ ਔਰ ਦੂਸਰੇ ਨੰਬਰ ਤੇ ਰਹੇ ਮੁੰਡੇ ਬਈ ਅਲਪਿੰਡ ਦੇ ਕੰਦਾੜੀ ਮਾਰੋ ਮੇਰਾ ਬਾਈ ਸਰਪੇ ਤੇ ਲਾ ਦੇਣੇ ਆ ਦੋਨੋਂ ਟੀਮਾਂ ਦੇ ਲਈ ਅੰਡਰ ਦੇ ਮੁੰਡੇ ਬਹੁਤ ਤਕੜਾ ਖੇਡੇ ਔਰ ਹਾਂ ਫਸਟ ਪ੍ਰਾਈਜ਼ ਕਿੰਨਾ ਗੁਰੀ ਦੋਨੋਂ ਟੀਮਾਂ ਦਾ ਸਨਮਾਨ ਜਿਹੜਾ ਕੀਤਾ ਜਾ ਰਿਹਾ ਬਹੁਤ ਬਹੁਤ ਮੁਬਾਰਕਾਂ ਮੁੰਡਿਆਂ ਨੂੰ ਉਧਰ ਭਰਾ ਸਾਡਾ ਹਰਸਿਮਰਨ ਗਿੱਲ ਰੱਬੋਂ ਵੀਰ ਕਹਿੰਦਾ ਵੀ ਇਹ ਰੱਬੋਂ ਵਾਲੇ ਮੁੰਡਿਆਂ ਚੱਲਦਾ ਹੋਇਆ ਮੈਚ ਜਿੱਤ ਕਹਿੰਦੇ ਜਿੱਥੇ ਕਹਿਣਗੇ ਪਾਰਟੀ ਕਰ ਦਿਆਂਗੇ ਆਪਾਂ ਉਧਰ ਰੱਬੋਂ ਵਾਲਾ ਦੇ ਕਹਿੰਦੇ ਬਾਲ ਦਾ ਸਿਰ ਟੁੱਟੀ ਤੁਰੇ ਆਉਂਦਾ ਹੈ ਪਰ ਇਧਰ ਦੇ ਪਾਸੇ ਪੀ ਕੇ ਤੇ ਨਾਲ ਫੁਲਕੀ ਜੋੜੀ ਕਹਿੰਦੇ ਪ੍ਰਸਿੱਧ ਆ ਮੇਰੇ ਮਿੱਤਰੋ ਕਹਿੰਦਾ ਬਾਲ ਇਹਨਾਂ ਬਾਲ ਫੁਲਕੀ ਨਹੀਂ ਹੈ ਵੀ ਸਾਹਿਬ ਕਿੰਨੇ ਪੁਆਇੰਟ ਆ ਵੀਰਾ ਚਾਰ ਤੇ ਛੇ ਦੋ ਪੁਆਇੰਟ ਚਾਰ ਮਹਿਲ ਫੋਰ ਦਾ ਛੇ ਰੱਬੋਂ ਵਰੇ 6 ਪੁਆਇੰਟ ਜਿਹੜੇ ਰੱਬੋਂ ਦੀ ਟੀਮ ਦੇ ਸ਼ੇਰ ਢਾਬਾ ਨਹੀਂ ਆਇਆ ਜੀ ਜੱਸਾ ਲੂ ਕਰਕੇ ਜੌਂਟੀ ਨੂੰ ਵੀਰੇ ਜੌਂਟੀ ਉਹਨਾਂ ਵਾਲਾ ਮੈਚ ਵੀ ਚਲਾ ਲਓ ਉੱਥੇ ਫਿਰ ਨਾ ਬਾਈ ਆਓ ਵੀਰੇ ਯਾਰ ਭਈ ਪਹਿਲੇ ਨੰਬਰ ਤੇ ਰਹੀ ਟੀਮ ਪਿੰਡ ਵਾਲੇ ਮੁੰਡੇ ਲੈ ਆਓ ਬਾਉ ਜੀ ਲਓ ਸਨਮਾਨ ਆਪਾਂ ਦਲਵੀਰ ਸਿੰਘ ਵੀਰੇ ਮੈਚ ਆਪਣੇ ਕੋਲੇ ਕੁਆਟਰ ਦੀਆਂ ਟਾਈਆਂ ਪੈ ਗਈਆਂ ਵੀਰੇ ਕੁਆਟਰਾਂ ਦੀਆਂ ਜੀ ਛੋਟੂ ਨਹੀਂ ਆਇਆ ਵੀਰੇ ਇਧਰ ਜੱਸੂ ਦਾ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਬਹੁਤ ਵੱਡੀ ਮੁਬਾਰਕਬਾਦ ਸਾਡੇ ਵੀਰ ਨੂੰ ਬਹੁਤ ਬਹੁਤ ਧੰਨਵਾਦ ਜੀ ਤੇਜਿੰਦਰ ਮਹਿਲ ਖੁਰਦ ਆਸਟ੍ਰੇਲੀਆ ਜੀ ਇੱਕ ਵਾਰ ਫਿਰ ਤੋਂ ਸਟਾਰ ਭੇਜਿਆ ਭਰਾ ਨੇ ਧੰਨਵਾਦ ਤੇਜਿੰਦਰ
ਮੈਲਫੋਰਡ ਆਸਟ੍ਰੇਲੀਆ। ਕਰਮਜੀਤ ਭੋਜ ਵਾਲੀ ਵੀਰੇ ਆਏ ਸੀਗੇ ਮੁੰਡੇ ਆਪਣੇ ਵਾਲੇ ਰੱਬੋ ਨੂੰ ਹਾਰ ਗਏ ਸੀ ਪਹਿਲੇ ਰਾਊਂਡ ਦਾ ਮੈਚ ਜੀ ਵੀਰੇ ਸਾਡੇ ਪਿੰਡੋਂ 150 ਪੈਂਦਾ 50 ਦਾ ਪਾ ਗਏ 40 ਹਾਂਜੀ ਮੈਂ ਤਾਂ ਗਿਆ ਨਹੀਂ ਕਈ ਸਾਲ 10 ਸਾਲ ਹੋ ਗਏ ਆਊਟ ਆਊਟ ਥੋੜ੍ਹੀ ਜੀ ਪੁਆਇੰਟ ਬਣ ਗਿਆ ਬਾਈ ਬਾਈ ਜੀ 3 ਨੰਬਰ ਗਰਾਊਂਡ ਤੇ ਮੈਚ ਸ਼ੁਰੂ ਕਰੋ ਜੀ ਜਲਦੀ ਦੇ ਨਾਲ 3 ਨੰਬਰ ਗਰਾਊਂਡ ਸਿੱਧੀ ਮਾਰਨਾ ਬਾਲ ਹੋਰੀ ਪਾਸੇ ਨੂੰ ਸਾਰਾ ਟੱਬਰ ਇੱਧਰ ਹਿੱਲਿਆ ਫਿਰਦਾ ਹੋਰੀ ਪਾਸੇ ਬਾਲ ਨੂੰ ਕੀ ਕੈਮਰਾ ਹੀ ਪਤਾ ਵਧੀਆ ਮੈਚ ਭਾਈ ਜੀ ਜੋਤ ਸਾਡਾ ਵੀਰ ਉਹ ਜ਼ਰੂਰ ਸੰਪਰਕ ਕਰੇ ਜੋਤ ਭਰਾ ਸਾਡਾ ਬੱਬੂ ਦਾ ਮੁੰਡਾ ਜੋਤ ਹਾਂ ਬੱਬੂ ਦਾ ਮੁੰਡਾ ਜੋਤ ਭਾਈ ਉਹ ਜ਼ਰੂਰ ਸੰਪਰਕ ਕਰੇ ਗਰਾਊਂਡ ਦੇ ਵਿੱਚ ਨੈਟਮੈਨ ਭਰਾ ਸਾਡਾ ਬੜੀ ਗੱਲ ਸੁਣਾਉਂਦਾ ਤਾਂ ਯਾਰ ਨਵਾਬ ਖੂਨ ਵਧਾ ਦੂ ਜੇ ਦੋ ਟੂਰਨਾਮੈਂਟ ਆ ਗਿਆ ਇਹ ਪ੍ਰੀ ਕੁਆਟਰ ਮੈਚ ਆ ਜੌਨੀ ਕੁਆਟਰ ਦੀਆਂ ਡਾਈਆਂ ਪੈ ਗਈਆਂ ਵੀਰੇ ਇਹਨਾਂ ਦਾ ਜੇਤੂ ਦਾ ਕੁਆਟਰ ਆਨੰਦਗੜ੍ਹ ਨਾਲ ਹੋਣਾ ਵੀਰੇ ਨਵਾਬ ਨੇ ਪੁਆਇੰਟ ਜੋੜ ਦਿੱਤਾ ਨੈਟ ਲਾ ਬੇਟਾ ਇਹ ਨੈਟ ਮਾਰਦਾ ਬਾਲ ਖੇਡੋ ਮੇਰਾ ਬਾਈ ਬਣ ਕੇ ਮੇਰੀ ਟੀਮ ਸਾਰੀ ਭਾਈ ਜੀ 3 ਨੰਬਰ ਗਰਾਊਂਡ ਦੇ ਵਿੱਚ ਤਾਂ ਜਿੱਥੇ ਕਿਹੜਾ ਕੌਣ ਕਹਿੰਦਾ ਕਿਹੜਾ ਬਾਈ ਹੋ ਗਿਆ ਸ਼ੁਰੂ ਮੈਚ ਸ਼ੁਕਰੀਆ ਵੀਰੇ ਬਹੁਤ ਬਹੁਤ ਧੰਨਵਾਦ ਆ ਉਧਰ 3 ਨੰਬਰ ਗਰਾਊਂਡ ਦੇ ਵਿੱਚ ਮੈਚ ਸ਼ੁਰੂ ਹੋ ਚੁੱਕਿਆ ਹਾਂ ਜੀ ਬੈਠਾ ਪੇਮੈਂਟ ਫੜਨ ਨੂੰ ਬੜੇ ਕਹਿ ਦੇ ਜਾਣਦੇ ਯਾਰ
ਕਿਆ ਬਾਤ ਹੈ, ਬਹੁਤ ਸੋਹਣਾ ਪੁਆਇੰਟ ਜੋੜ ਦਿੱਤਾ। ਨਾਲ ਹੀ ਉੱਧਰ ਮਹਿਲ ਖੁਰਦ ਵਾਲੇ ਮੁੰਡੇ ਜੇ ਸੈਮੀ ਖੇਡਦੇ ਆ, ਤੇ ਅੰਦਰ ਮਹਿਲ ਖੁਰਦ ਆਸਟ੍ਰੇਲੀਆ ਵੀਰ ਕਹਿੰਦਾ ਵੀ ਜਿਹੜੇ ਰੈਸਟੋਰੈਂਟ ਤੇ ਕਹਿਣਗੇ ਉੱਥੇ ਪਾਰਟੀ ਕਰਦੇ ਆਪਾਂ, ਵੀ ਖੁੱਲੇ ਖਾਤੇ ਰੱਖੇ ਯਾਰੀਆਂ ਪਕਾਉਣ ਨੂੰ, ਮਰੂ ਮਰੂ ਕਰਕੇ ਨਾ ਟਾਈਮ ਲੰਘਦੇ। ਬਾਕੀ ਭਰਾ ਕਹਿੰਦਾ ਮਾਣ ਕਰਦਾ ਤਾਂ ਮੁੰਡਿਆਂ ਦਾ, ਪਰ ਸਾਹਮਣੇ ਦੇਖਾਂਗੇ ਹੁਣ ਪੁਆਇੰਟ ਕੌਣ ਜੋੜਦਾ ਹੈ। ਤੇਜਿੰਦਰ ਮਹਿਲ ਖੁਰਦ ਸਾਡਾ ਭਰਾ ਵਧੀਆ ਵਧੀਆ ਗੁਰਵੀਰ, ਵਧੀਆ ਵੀਰੇ। ਕਹਿੰਦਾ ਸਰਵੇ ਨੂੰ ਵੀ ਨਾਲ ਪਾਰਟੀ ਆ, ਵਰਿੰਦਰ ਨੂੰ ਵੀ ਦਿਖਾ ਦੂੰਗੀ। ਚਾਂਗਲੀ ਪਿੰਡ ਦੇ ਵਰਿੰਦਰ ਨੂੰ ਵੀ ਪਾਰਟੀ ਹੋਊਗੀ, ਔਰ ਗੰਗੋਰਾ ਪਿੰਡ ਦੇ ਸਰਵੇ ਨੂੰ ਵੀ ਪੱਕੀ ਹੋਣੀ ਹੈ। ਔਰ ਧੰਨਵਾਦ, ਕਿਆ ਬਾਤ ਹੈ, ਨੰਬਰ ਇੱਕ ਹੋਰ ਵੱਧ ਗਿਆ। ਦੱਸੋ ਜੀ ਮੰਗਦਗੜ ਵਾਲੇ ਟੀਚੇ ਦੇ ਪਿੰਡੂ, ਇੱਕ ਮੈਚ ਰੁਕ ਜਾਓ ਮੇਰੇ ਬਾਈ। ਅੱਠ ਬਈ ਸੜੀ ਤੇ ਖਨਾ ਚੱਲ, ਇਹ ਆਉਣ ਮੇਰਾ ਵੀਰ ਬਣ ਗਿਆ। ਓਕੇ ਬਾਈ ਯਾਰ, ਇੱਕ ਮੈਚ ਦੀ ਰੈਸਟ ਆ, ਜਿਹੜੀ ਬਈ ਯਾਰ ਛੋਟੀ ਦੀ ਟੀਮ ਨੂੰ ਮੇਰੀ ਬੇਨਤੀ ਆ, ਬਾਈ ਖਨਾ ਚੱਲ ਦੀ ਟੀਮ ਪਹੁੰਚੇ ਇੱਕ ਨੰਬਰ ਗਰਾਊਂਡ ਦੇ ਵਿੱਚ। ਕਿਵੇਂ ਚਲਾ, ਰੱਸੀ ਰੁੱਸੀ ਟੱਪਦਾ ਸਿਕੰਦਰ ਕਿ ਨਹੀਂ? ਕਿਉਂ ਸਿਕੰਦਰ ਰੱਸੀ ਰੁੱਸੀ ਟੱਪਦਾ? ਇਧਰ ਦਿਲਪ੍ਰੀਤ ਗਿੱਲ ਕੈਨੇਡਾ ਕਲੱਬ ਬਾਰੇਕਾ ਦੀ ਟੀਮ ਦਾ ਮੈਚ ਬਾਠਾ ਦੀ ਟੀਮ ਦੇ ਨਾਲ ਸ਼ੁਰੂ ਹੋ ਚੁੱਕਿਆ ਹੈ। ਗੱਗੀ ਹੋਣੀ ਮੀਤੇ ਵਰਗੇ ਨਾਲ, ਸਾਡਾ ਵੱਡਾ ਬਾਈ ਆ ਲਾਲੀ ਬਾਠਾ ਵਾਲਾ, ਛੱਪੇ ਹੋਣੀ ਖੇਡਦੇ ਨੈਟ ਤੇ, ਪ੍ਰਿੰਸ ਖੇਡਦਾ ਹੈ। ਸੋਹਣਾ ਮੈਚ ਹੈ। ਇੱਧਰ ਬਾਰੇਕੇ ਪਿੰਡ ਦਾ ਵਿਕਾਸ ਆ ਕਰਨੀ ਅੰਕਲ, ਔਰ ਨਾਲ ਮੈਂ ਤੱਕਣਾ ਵੀ ਬਾਰੇਕਾ ਵਾਲਾ ਕਾਲਾ ਖੇਡਦਾ ਹਰੀਓਮ ਤੇ ਨਾਲ ਜੱਗਾ, ਵੱਡੀਆਂ ਟੀਮਾਂ, ਕਿਆ ਬਾਤ ਹੈ। ਲਾਲੀ ਆ ਸਾਡਾ ਬਾਈ ਉਸਤਾਦਾਂ ਵਰਗਾ ਖਿਡਾਰੀ ਹੈ, ਬਹੁਤ ਕੁਝ ਸਿੱਖਣ ਦੀ ਲੋੜ ਆ ਨਵੇਂ ਮੁੰਡਿਆਂ ਨੂੰ ਵੀ ਆਪਣੇ ਆਪ ਨੂੰ ਫਿੱਟ ਕਿਵੇਂ ਰੱਖਣਾ। ਹਾਂਜੀ, ਕਿੰਨੇ ਸਕੋਰ ਆ? ਤਿੰਨ ਨੰਬਰ ਗਰਾਊਂਡ ਦੇ ਆਓ ਬੱਲੇ, ਕਾਲਿਆਂ ਨੇ ਰੀਸਾਂ ਦੇ ਰਹੀਆਂ ਵੀ, ਲੋਕੀ ਕਹਿੰਦੇ ਕਾਲਾ ਕਾਲਾ ਮੈਂ ਤੇ ਟੋਲਿਆ ਮਰ ਕੇ ਫੋਟੋ ਗੁਲਾਬ ਦਿਆ, ਕਿਤੋਂ ਆ ਜਾ ਨਦੀ ਵਿੱਚ ਤਰਕੇ। ਕਿੰਨੇ ਕਿੰਨੇ ਜੀ? ਅੱਠ ਅੱਠ ਨੰਬਰ ਹੈ। ਪੁਆਇੰਟ ਅੱਠ ਬਰਾਬਰ ਆ ਵੀਰੇ, ਸੇਰੂ ਸ਼ਾਸਤਰੀ ਨਹੀਂ ਆਏ ਵੀਰੇ।
ਕੋਈ ਵੀ ਨਹੀਂ ਜਸੇ ਪੱਟੀ ਦੇ ਵਧੀਆ ਉਂਗਲਾਂ ਨੇ ਗੱਡੀ ਜਾਂਦੀ ਹੈ ਸਲਾਂਗਾ ਮਾਰ ਅਗਵਾਲ ਹੋਏ ਸਰਵਾ ਕਹਿੰਦਾ 2:30 ਵੱਜ ਗਏ ਟਾਈਮ ਹੋ ਗਿਆ ਬਹੁਤ ਸੋਹਣਾ ਬਹੁਤ ਸੋਹਣਾ ਪ੍ਰਭ ਜੋਤ 11-12 ਬਾਈ ਠੀਕ ਹੈ ਜੀ ਵੀਰੇ 3 ਨੰਬਰ ਗਰਾਊਂਡ ਦੇ ਸਕੋਰ ਦੱਸੋ ਜੀ ਰੈਫਰੀ ਵੀਰੇ ਸਕੋਰਰ ਸਾਹਿਬ ਗੁਰਲਾਲ ਸਿੰਮੂ ਯਾਦ ਕਰਦਾ ਤੈਨੂੰ ਬਾਈ ਗੱਗ ਸਿੰਮੂ ਯਾਦ ਕਰਦਾ ਸਿੰਮੂ ਘੁਮਾ ਦੇ ਉਹ ਕਹਿੰਦਾ ਗੱਗ ਜਿਹੜੀ ਚੀਜ਼ ਕਹਿੰਦੇ ਉਹਦੇ ਨਾਲ ਕਰਦਾ ਸਨਮਾਨ ਜੇ ਫਾਸਟ ਰਹੇ ਅੱਜ ਸਿੰਮੂ ਕਹਿੰਦਾ ਨਾਲੇ ਉਧਰਲੇ ਪਾਸੇ ਸਿੰਮੂ ਸਾਡਾ ਵੀਰ ਕਹਿ ਰਿਹਾ ਵੀ ਗੰਗ ਦੇ ਜੇਤੂ ਰਹਿੰਦਾ ਟੂਰਨਾਮੈਂਟ ਤੋਂ ਤੇ ਜਿਹੜੀ ਚੀਜ਼ ਕਹੇਗਾ ਗੰਗ ਦਾ ਆਪਾਂ ਉਸੇ ਚੀਜ਼ ਨਾਲ ਸਨਮਾਨ ਕਰ ਦਾਂਗੇ ਵਾਹ ਕਿਆ ਬਾਤ ਹੈ ਵਾਹ ਓਏ ਗੰਗ ਤੇਰੇ ਨਹੀਂ ਉਰੀਸਾ ਪ੍ਰਭ ਜੋਤ ਤੇ ਗੰਗ ਦੀ ਜੋੜੀ ਆ ਤੇ ਪੀ ਕੇ ਨੂੰ ਦਈ ਆਉਂਦੇ ਆ ਚਾਹ ਨਾਲ ਆਲੂ ਭੁਜੀਆ ਰਾਮ ਰਾਮ ਜੀ ਕੋਚ ਜੋਧਪੁਰੀਆ ਜੀ ਰਾਮ ਰਾਮ ਬਾਈ ਜੀ ਠੀਕ ਹੋ ਕੋਚ ਬਾਈ ਜੀ ਚਾਰ ਚਾਰ ਹੀ ਆ
ਲੈ ਵੀ ਬਾਈ ਉਧਰ ਤਿੰਨ ਨੰਬਰ ਗਰਾਊਂਡ ਤੇ ਵੀ ਰਾਮ ਰਾਮ ਸਤਿ ਸ੍ਰੀ ਅਕਾਲ ਆਗਾਮ ਚਾਰ ਨੰਬਰ ਦੀ ਪਾਠਾਂ ਦੀ ਟੀਮ ਦੇ ਨਰੋਲ ਦਾ ਬਹੁਤ ਤਕੜਾ ਮੈਚ ਇੱਧਰ ਖੇਡਿਆ ਜਾ ਰਿਹਾ ਹੈ ਜੋਧਪੁਰੀਆ ਲਾਈਨ ਪਾਸੇ ਦਿਲਪ੍ਰੀਤ ਗਿੱਲ ਕੈਨੇਡਾ ਕਲੱਬ ਵਾਰੇ ਦੀ ਟੀਮ ਕੋਚ ਸਰਬਾ ਯਾਦ ਕਰਦਾ ਕੋਰ ਵਾਲਾ ਵੀ ਕੋਚ ਸਰਬਾ ਤੈਨੂੰ ਚੇਤੇ ਕਰਦਾ ਵੀਰ ਕਹਿੰਦਾ ਫੋਨ ਲਾ ਲਾ ਜੇ ਵਿਹਲਾ ਤੇ 5 ਮਿੰਟ ਬਹੁਤ ਬਹੁਤ ਧੰਨਵਾਦ ਹੈ ਜੋਧਪੁਰੀਆ ਕੋਚ ਵੀ ਆ ਗਿਆ ਲਾਈਨ ਤੇ ਕਹਿੰਦਾ ਪਾਰਟੀ ਕੈਂਸਲ ਆ ਕਹਿੰਦਾ ਹਾਲਾਤ ਸਰਬੇ ਨੂੰ ਪਤਾ ਇਹਨਾਂ ਦੇ ਹੁਣ ਕਹਿੰਦਾ 2:30 ਵਜੇ ਸੁਰਿੰਦਰ ਕਹਿੰਦਾ ਬਹੁਤ ਤਕੜੀ ਬਾਲ ਯਾਰ ਸਰਾਵਾ ਬਹੁਤ ਤਕੜੀ ਬਾਲ ਲਾ ਯਾਰ ਮੁੰਡੇ ਨਾਲ ਤੇ ਕਮਾਲ ਕਰ ਆਪਦੀ ਜਨਸ ਦਾ ਪਤਾ ਹੁੰਦਾ ਜਿਵੇਂ ਕਹਿੰਦਾ ਕਿਹੜੀ ਜਨਸ ਆ ਸੁਣੀ ਸੀ ਤੋਂ ਕਹਿੰਦਾ ਹੋਰ ਬਈ ਕੀ ਹਾਲ ਚਾਲ ਹੈ ਦੋਸਤੋ ਤੁਸੀਂ ਗੱਲ ਪਤਾ ਨਹੀਂ ਬਾਹਲਾ ਟਾਈਮ ਹੋ ਗਿਆ ਗਰਾਊਂਡ ਖਾਲੀ ਪਏ ਨੂੰ ਦਰਸ਼ਾਲ ਮਾਰਨਾ ਹਿੰਮਤ ਯਾਰ ਮਾੜੀ ਜੀ ਬਾਈ ਯਾਰ ਬਹੁਤ ਟਾਈਮ ਹੋ ਗਿਆ ਬਾਈ ਗਰਾਊਂਡ ਵਿਹਲਾ ਪਿਆ ਇੱਕ ਨੰਬਰ ਗਰਾਊਂਡ ਮੇਨ ਗਰਾਊਂਡ ਹੈ ਯਾਰ ਬਾਈ ਕਿਹੜੀਆਂ ਟੀਮਾਂ ਦਾ ਮੈਚ ਹੈ ਯਾਰ ਗੁਰਲਾਲ ਮਾਰੋ ਨਾ ਬਾਅਦ ਮੇਰਾ ਬਾਈ ਲਿਆ ਪੀ ਲਈਏ ਪਹਿਲਾਂ ਜੀ ਲਗੇ ਪਹਿਲਾਂ ਚਾਹ ਪੀ ਪਾ ਲਾਂਗੇ ਕੋਚ ਜੀ ਪ੍ਰੀ ਕੁਆਟਰ ਮੈਚ ਆ ਜੀ ਇਹ ਜਿਹੜੀ ਇਹਨਾਂ ਤੋਂ ਟੀਮ ਜਿੱਤੂ ਆਨੰਦਗੜ੍ਹ ਨਾਲ ਕੁਆਟਰ ਖੇਡੂ ਬਾਈ ਕਿੰਨੇ ਬੈਠੋਗੇ ਵੀਰੇ ਉਹੀ ਗੱਲ ਹੋ ਗਈ ਤੁਸੀਂ 2 ਵੱਜ ਜਾਣੇ ਢਾਈ ਤੇ ਜਾਣੇ ਪਤਾ ਨਹੀਂ ਇੱਕ ਨੰਬਰ ਗਰਾਊਂਡ 'ਚ ਮੈਚ ਸ਼ੁਰੂ ਕਰਾਓ ਜੀ ਖਨਾਲ ਚਹਿਲ ਤੇ ਬਈ ਆਰ ਸਨੀ ਵੀਰੇ ਕਰਾਓ ਨਾ ਮੈਚ ਸ਼ੁਰੂ ਕਿਹੜਾ ਟਾਈਮ ਹੋ ਗਿਆ ਗਰਾਊਂਡ ਅੱਧਾ ਘੰਟਾ ਹੋ ਗਿਆ ਵੀਰੇ ਰੁਕੇ ਨੂੰ ਕਹਿੰਦਾ ਸਰਬੇ ਨੂੰ ਪਾਰਟੀ ਕਰ ਦਿਆਂਗੇ ਆਪਾਂ ਗੱਲ ਕੀ ਹੈ ਕਹਿੰਦਾ ਸਰਬੇ ਨੂੰ ਪਾਰਟੀ ਕਰ ਦਿਆਂਗੇ ਪਿੰਡ ਖੇਡਦੇ ਹੁੰਦੇ ਆ ਸਰਬੇ ਜਮੀ ਨਰੋਲ ਨਰੂਲ ਦਾ ਤਾਂ ਖੇਡ ਲਿਆ ਕਰੋ ਹਾਲਾਤ ਖਰਾਬ ਹੋਏ ਆ ਤੂੰ ਯਾਰ ਐਂ ਦੇਖ ਲੈ ਵੀ ਸਾਡਾ ਨੈੱਟ ਮੈਨ ਦਾ ਮੇਨ ਸੀ ਜਿਹੜਾ ਉਹ ਨੈਣਾ ਦਾ ਵੀ ਬੰਦ ਆ ਜਿਹੜਾ ਅਸੀਂ ਮੁੰਡਾ ਪਹਿਲਾਂ ਕਦੇ ਨਾ ਕਦੇ ਖੜਨਾ ਸੀ ਰਾਤ ਉਹਦੇ ਸੀ ਕੱਲ੍ਹ ਸਾਰੇ ਬੰਦੇ ਘਰੇ ਗਏ ਤਾਂ ਹੁਣ ਤਾਂ ਯਾਰ ਹਾਲਾਤ ਖਰਾਬ ਹੋ ਗਏ ਲਵਦੀਪ ਗੰਜੀ ਗੁਲਾਬ ਸਿੰਘ ਵਾਲਾ ਕੈਨੇਡਾ ਬਹੁਤ ਵਧੀਆ ਬਾਈ ਉਹਦਾ ਲਿਮਕਾ ਹੀ ਲੇਨ ਆਉਂਦਾ ਲਿਮਕਾ ਹੀ ਹੈ
ਲੱਸੀ ਮੰਗਾਇਆ ਸੀ ਹੋਰ ਕਿਹਨੇ ਚਾਹ ਵੀ ਆ ਪਹਿਲਾਂ ਆਹਦਾ ਪੀ ਲਈਏ ਪਹਿਲਾਂ ਚਾਹ ਪੀਏ ਫਿਰ ਲੈ ਕਾਪੀਏ ਨਾ ਤੂੰ ਠੰਡੇ ਤੋਂ ਬਾਅਦ ਨਾਲ ਦਾ ਘਰ ਪੀਉਂ ਤੂੰ ਯਾਰ ਆਹ ਪਾ ਤੂੰ ਯਾਰ ਪਹਿਲਾਂ ਫਿਰ ਤੱਤਾ ਪੀ ਲੈਣਾ ਫਿਰ ਠੰਡਾ ਪੀ ਲਾਂਗੇ ਇਹੀ ਪੁੱਛਦਾ ਲੈ ਯਾਰ ਲਾਡੀ ਨੂੰ ਪਾਇਆ ਉਹ ਲਾਡੀ ਨੂੰ ਪਾ ਕੇ ਆਈ ਹੋਰ ਲਿਆਊਗਾ ਵੀ ਕਿੰਨੇ ਹੋ ਗਏ ਬਾਈ ਬਹੁਤ ਸੋਹਣਾ ਮੈਚ ਇਧਰਲੇ ਪਾਸੇ ਕਿੰਨੇ ਵੀਰੇ 12-15 ਪੁਆਇੰਟ 12-15 ਜੀ 12 ਨੰਬਰ ਮੈਲਫੁਰ ਦੀ ਟੀਮ ਦੇ 15 ਨੰਬਰ ਜਿਹੜੇ ਰੱਬੋ ਦੀ ਟੀਮ ਦੇ ਆ ਤਿੰਨਾਂ ਪੁਆਇੰਟਾਂ ਦਾ ਫਰਕ ਹੈ ਨੰਬਰ 13ਵਾਂ ਜੋੜਨ ਦੇ ਲਈ ਮੁੰਡੇ ਤਿਆਰ ਬਰ ਤਿਆਰ ਨੇ ਵੀ ਹੁਣ ਮਨਸੂਬੇ ਨੇਕ ਤੇ ਬੰਦਾ ਕੀਰੀ ਕਰ ਸਕਦਾ ਤੇ ਕੱਕ ਵਾਲੀਆ ਬੂਦ ਬੂਦ ਨਾਲ ਸਾਗਰ ਭਰ ਸਕਦਾ ਔਰ ਡਾਂਡੇ ਦੇ ਲੜ ਲੱਗ ਗਈ ਬੇੜੀ ਧਰਦੀ ਹੁੰਦੀ ਹੈ ਤੇ ਫਿਰ ਤੁਣਕਾ ਤੁਣਕਾ ਕਰਕੇ ਗੁੱਡੀ ਚੜਦੀ ਹੁੰਦੀ ਹੈ ਟੌਰ ਵੇਖ ਕੇ ਹਿੱਟ ਲੋਕਾਂ ਦੀ ਰੜਦੀ ਹੁੰਦੀ ਹੈ ਬਈ ਫਿਰ ਤੁਣਕਾ ਤੁਣਕਾ ਕਰਕੇ ਗੁੱਡੀ ਚੜਦੀ ਹੁੰਦੀ ਹੈ ਆਹ ਮੁੰਡੇ ਦੀ ਗੁੱਡੀ ਕਹਿੰਦੇ ਅੰਬਰਾਂ ਤੇ ਹੈ ਪੈਰ ਧਰਤੀ ਤੇ ਹੈ ਪਰ ਸਾਹਮਣੇ 15 ਤੇ 13 ਦੋ ਪੁਆਇੰਟਾਂ ਦਾ ਫਰਕ ਹੈ ਨੰਬਰ ਤੇ ਆ ਜੁੜ ਗਿਆ 16 ਇੱਕ ਅੱਧਾ ਤੇ ਰੱਬੋ ਵਾਲਾ ਧੱਕੇ ਨਾਲ ਹੀ ਜੋੜ ਦੂਗਾ ਮੈਲ ਖੁਰਦ ਵਾਲਿਆ ਕਾਬੂ ਹੋ ਜਾ ਨਹੀਂ ਇੰਨਾ ਕਾਬੂ ਕਰ ਲੈਣਾ ਲਾਸਟ ਆ ਗਿਆ ਅੜੀ ਗੇਮ ਹੋ ਗਿਆ ਖਰਜਾ ਹੁਣ ਪੈ ਲੈਂਦੀ ਘੱਟ ਘੱਟ ਫਿਰ ਲੈ ਲਾਂਗੇ ਮੈਂ ਤਾਂ ਕਰਤਾ ਉਹੀ ਕੰਮ ਦੇ ਲਾ ਪਰੰਦਰ ਅਹੀਂ ਕਰਦਾ ਮੈਂ ਸਰ ਬਾਹਰ ਯਾਰ ਅਗਰ ਮੈਂ ਹੁਣ ਚੱਲੀਏ ਬਾਈ ਬਸ ਚਾਹ ਵਾਲੀ ਬੜੀ ਵਧੀਆ ਬਈ ਲੈ ਫੜੋ ਚਾਹ ਪਾ ਲਓ ਘਰ ਪੂਰੀ ਵਧੀਆ ਚਾਹ ਚੰਗੀ ਆ ਚਾਹ ਫੜ ਲੈਣਾ ਯਾਰ ਆ ਜਾਓ ਮੇਰੇ ਸਿਰੋਂ ਵਿੱਚ ਪਾ ਲੈ